ਆਈਬੀਐਸ ਰਿਕਾਰਡਸ ਦਾ ਧਾਰਮਿਕ ਉਪਰਾਲਾ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਤਾਪ ਸੰਤਾਪ ਸਗਲੇ ਗਏ बिनसे ते रोग पार ब्रह्म तू बखसया संतन रस भोग रहाऊ सर्ब सुखा तेरी मंडली तेरा मन तन आरोग्य गुण गाब हो नित राम के ए अवखद जोग आए बस हो में देस मह संजोग नानक प्रभ सुप्रसन्न पय लह गए बियोग आए बस हो घर देश मह यले संयोग ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਕੀ ਸਾਜੀ ਨਵਾਜੀ ਸਾਥ ਸੰਗ ਜੀਓ ਅੱਜ ਦਾ ਇਹ ਪਾਵਨ ਸ਼ਬਦ ਦੁਖ ਪੰਜਨੀ ਸਾਹਿਬ ਦੇ ਪਾਠ ਵਿੱਚੋਂ 14ਵਾਂ ਸ਼ਬਦ ਹੈ ਜਿਸ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਹੁਕਮ ਪਵਿੱਤਰ ਸ਼ਬਦ ਪਵਿੱਤਰ ਹੁਕਮ ਨਾਮੇ ਜਿਨ੍ਹਾਂ ਦੀ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ ਜਿਨ੍ਹਾਂ ਨੂੰ ਇੱਕ ਗੁਟਕੇ ਸਾਹਿਬ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਜਿਹਦਾ ਨਾਮ ਰੱਖਿਆ ਗਿਆ ਦੁੱਖ ਭੰਜਨੀ ਸਾਹਿਬ ਦੁੱਖ ਭੰਜਨੀ ਸਾਹਿਬ ਜਿਨ੍ਹਾਂ ਦੇ ਵਿੱਚ ਦੁੱਖਾਂ ਨੂੰ ਭੰਨਣ ਦੀ ਸਾਰੀ ਵਿਉਂਤ ਬੰਦੀ ਹੈ ਦੁੱਖਾਂ ਨੂੰ ਕਿੱਦਾਂ ਸਰੀਰ ਵਿੱਚੋਂ ਕੱਢਣਾ ਹੈ ਦੁੱਖਾਂ ਨੂੰ ਕਿੱਦਾਂ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਲੱਤ ਮਾਰ ਕੇ ਬਾਹਰ ਕੱਢਣਾ ਹੈ ਇਸ ਚੀਜ਼ ਦੇ ਨੁਕਤੇ ਇਨ੍ਹਾਂ ਸ਼ਬਦਾਂ ਦੇ ਵਿੱਚ ਬੰਦ ਹਨ ਆਓ ਇਨ੍ਹਾਂ ਸ਼ਬਦਾਂ ਦੇ ਵਿਚਾਰ ਆਰੰਭ ਕਰੀਏ ਅੱਜ ਦੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਇੱਕ ਵਾਰ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਈਏ ਪ੍ਰੇਮ ਸਹਿਤ ਅਦਬ ਸਹਿਤ ਨਮਸਕਾਰ ਕਰੀਏ ਤੇ ਆਗਿਆ ਲਈਏ ਤੇ ਆਪਣੀ ਰਸਨਾ ਪਵਿੱਤਰ ਕਰੀਏ ਸਾਰੇ ਪਿਆਰ ਨਾਲ ਲਖੀਏ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਇਹ ਸ਼ਬਦ ਵੀ ਬਿਲਾਵਲ ਰਾਗ ਦੇ ਵਿੱਚ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਤੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 700 ਇਹ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 807 ਦੇ ਸੁਭਾਇਮਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜੀ ਕਹਿੰਦੇ ਹਨ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਤਾਪ ਸੰਤਾਪ ਤੇ ਰੋਗ ਗੁਰੂ ਅਰਜਨ ਦੇਵ ਜੀ ਮਹਾਰਾਜੀ ਕਹਿੰਦੇ ਹਨ ਇਹ ਸੰਸਾਰ ਦੇ ਲੋਕੋ ਤੁਹਾਡੇ ਜੀਵਨ ਦੇ ਵਿੱਚ ਜਿਹੜੇ ਤਾਪ ਹਨ ਜਿਹੜੇ ਸੰਤਾਪ ਹਨ ਜਿਹੜੇ ਰੋਗ ਹਨ ਉਹ ਦੂਰ ਹੋ ਜਾਣਗੇ ਦੂਰ ਹੋ ਜਾਣਗੇ ਤਾਪ ਸੰਤਾਪ ਸਗਲੇ ਗਏ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰੇ ਵੇਖੋ ਬਾਰ ਬਾਰ ਇੱਕੋ ਹੀ ਚੀਜ਼ ਰਿਪੀਟ ਹੋ ਰਹੀ ਹੈ ਰਿਪੀਟਿਸ਼ਨ ਹੋ ਰਹੀ ਹੈ ਬਾਰ ਬਾਰ ਆਪਾਂ ਦੇਖਦੇ ਹਾਂ ਇਹਨਾਂ ਸ਼ਬਦਾਂ ਦੇ ਵਿੱਚ ਕਿ ਇਹ ਬੰਦੇ ਆ ਤੋਂ ਆਪਣੇ ਦੁੱਖ ਕਿਦਾਂ ਕੱਢਣੇ ਹਨ ਤੂੰ ਆਪਣੇ ਦੁੱਖਾਂ ਨੂੰ ਕਲੇਸ਼ਾਂ ਨੂੰ ਰੋਗਾਂ ਨੂੰ ਕਿਸ ਤਰ੍ਹਾਂ ਤੂੰ ਬਾਹਰ ਕੱਢ ਸਕਦਾ ਆਪਣੇ ਜ਼ਿੰਦਗੀ ਵਿੱਚੋਂ ਤੇ ਬਾਰ ਬਾਰ ਇੱਕੋ ਹੀ ਨੁਕਤਾ ਗੁਰਬਾਣੀ ਆਪਣੇ ਸਾਹਮਣੇ ਰੱਖ ਰਹੀ ਹੈ ਇਹ ਬੰਦੇ ਆ ਸਤ ਸੰਗਤ ਕਰ ਗੁਰਬਾਣੀ ਜਪ ਨਾਮ ਜਪ ਗੁਰੂ ਜੀ ਦੇ ਦੱਸੇ ਹੋ ਰਸਤੇ ਤੇ ਚੱਲ ਬਾਰ ਬਾਰ ਨਾਮ ਸਿਮਰਨ ਕਰ ਨਾਮ ਸਾਧਨਾ ਕਰ ਫਿਰ ਵੇਖੀ ਸਾਰੇ ਦੁੱਖ ਦੂਰ ਹੋ ਜਾਣਗੇ ਬਾਰ ਬਾਰ ਇਹੀ ਗੱਲ ਰਿਪੀਟ ਹੋ ਰਹੀ ਹੈ ਕਿਉਂ ਕਿਉਂਕਿ ਆਪਾਂ ਇਨਸਾਨਾਂ ਨੂੰ ਇੱਕ ਵਾਰ ਸਮਝ ਨਹੀਂ ਆਉਂਦੀ ਗੁਸਤਾਖੀ ਮਾਫ بار-बार ਮੈਂ ਮਾਫੀ ਮੰਗਦਾ ਹਾਂ ਗੁਸਤਾਖੀ ਮਾਫ ਕਿਉਂਕਿ ਆਪਾਂ ਆਮ ਕਰਕੇ ਵੇਖਦੇ ਹਾਂ ਜਦੋਂ ਆਪਾਂ satsangat ਵਿੱਚ ਆਉਂਦੇ ਆ ਨਾ ਸਾਹਮਣੇ ਬੜਾ ਸੁਣਾ ਕੀਰਤਨੀਆਂ ਬੜਾ ਸੁਣਾ ਰਸ ਭਿੰਨੇ ਕੀਰਤਨ ਕਰਦਾ ਹੋਵੇਗਾ ਬੜੀ ਮਧੁਰ ਆਵਾਜ਼ ਦੇ ਵਿੱਚ ਆਪਾਂ ਦੇਖਦੇ ਆਪਾਂ ਕਿਸੇ ਵੇਲੇ ਮੰਤਰ ਮੁਗਦ ਹੋ ਜਾਂਦੇ ਆ ਆਪਣੀ ਅੱਖਾਂ ਵਿੱਚੋਂ ਨੀਰ ਵੀ ਵਹਿਣ ਲੱਗ ਪੈਂਦਾ ਹੈ ਜਾਂ ਕੋਈ ਪ੍ਰਚਾਰਕ ਬੜੀ ਸੋਹਣੀ ਗਾਥਾ ਸੁਣਾ ਰਿਹਾ ਹੋਵੇ ਗੁਰੂ ਦੀ ਗੱਲ ਸੁਣਾ ਰਿਹਾ ਹੋਵੇ ਆਪਾਂ ਨੂੰ ਆਪਾਂ ਬੜੇ ਭਾਵੁਕ ਹੋ ਜਾਂਦੇ ਆ ਆਪਾਂ ਕਹਿੰਨੇ ਯਾ ਵਾਕੇ ਅਸੀਂ ਸਾਡ ਆਪਣੀ ਜ਼ਿੰਦਗੀ ਵਿੱਚ ਤਬਦੀਲ ਚਾ ਲਿਆਉਣੀ ਲਿਆਉਣੀ ਆਪਾਂ ਤਬਦੀਲ ਕਰਨਾ ਆਪਾਂ ਬਦਲਣਾ ਆਪਣੇ ਆਪ ਨੂੰ ਪਰ ਜਦੋਂ ਆਪਾਂ ਗੁਰਦੁਆਰੇ ਵਿੱਚੋਂ ਸਤਸੰਗਤ ਦੇ ਵਿੱਚੋਂ ਬਾਹਰ ਜਾਂਦੇ ਆ ਬਾਹਰ ਜਾਂਦੇ ਜਿਉਂ ਹੀ ਬਾਹਰ ਨਿਕਲੇ ਤਿਉਂ ਹੀ ਸਭ ਕੁਝ ਫੇਰ ਉਸੇ ਤਰ੍ਹਾਂ ਉਸ ਤਰ੍ਹਾਂ ਚੱਲਣ ਲੱਗ ਪੈਂਦਾ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਜ਼ਿੰਦਗੀ ਸੀ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਝੂਠ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਠੱਗੀ ਧੋਖਾ ਚੁਗਲੀ ਨਿੰਦਿਆ ਈਰਖਾ ਇੱਕ ਦੂਜੇ ਨਾਲ ਲੜਨਾ ਝਗੜਨਾ ਟਾਈਮ ਵੇਸਟਡ ਫਿਰ ਉਸੇ ਤਰ੍ਹਾਂ ਚੱਲਣ ਲੱਗ ਪੈਂਦਾ ਹੈ ਕਿਉਂਕਿ ਜਦੋਂ ਸਤ ਸੰਗਤ ਵਿੱਚ ਆਏ ਉਹ ਕਿ ਉੱਥੇ ਤੇ ਵਰਖਾ ਹੋ ਰਹੀ ਹੈ ਨਾ ਨਾਮ ਦੀ ਉੱਥੇ ਤਾਂ ਜਿਹੜਾ ਮਰਜ਼ੀ ਪਾਪੀ ਬੰਦਾ ਵੀ ਆ ਜਾਵੇ ਨਾ ਕੁਝ ਨਾ ਕੁਝ ਅਸਰ ਤੇ ਲੈ ਕੇ ਜਾਵੇਗਾ ਪਰ ਜਦੋਂ ਬਾਹਰੋਂ ਨੇ ਫਿਰ ਉਹੀ ਹਾਲ ਜਿਵੇਂ ਇੱਕ ਪੱਥਰ ਹੁੰਦਾ ਹੈ ਆਪਾਂ ਦੇਖਦੇ ਨੇ ਇੱਕ ਪੱਥਰ ਹੈ ਪੱਥਰ ਨੂੰ ਜਿੰਨੀ ਦੇਰ ਤੱਕ ਪਾਣੀ ਵਿੱਚ ਆਪਾਂ ਡਿੱਪ ਕਰ ਦਈਏ ਨੇ ਭਿਉਂ ਦੀਏ ਪੱਥਰ ਨੂੰ ਉਹਨੀ ਦੇਰ ਤੱਕ ਪੱਥਰ ਗਿੱਲਾ ਰਹੇਗਾ ਤੇ ਜਦੋਂ ਪੱਥਰ ਨੂੰ ਬਾਹਰ ਕੱਢੀਏ ਪਾਣੀ ਦੇ ਵਿੱਚੋਂ ਉਹ ਪਾਣੀ ਸੁੱਕ ਜਾਂਦਾ ਪੱਥਰ ਵਿੱਚੋਂ ਫਿਰ ਪੱਥਰ ਦਾ ਪੱਥਰੀ ਰਹਿ ਜਾਂਦਾ ਇਸੇ ਤਰ੍ਹਾਂ ਕਿਸੇ ਵੇਲੇ ਸਾਡੀ ਜ਼ਿੰਦਗੀ ਵਿੱਚ ਵੀ ਹੁੰਦਾ ਹੈ ਇਸ ਕਰਕੇ ਗੁਰਬਾਣੀ ਬਾਰ-ਬਾਰ ਸੁਣ ਰਿਪੀਟ ਕਰ ਰਹੀ ਹੈ ਰਿਪੀਟੀਸ਼ਨ ਕਰ ਰਹੀ ਹੈ ਕਿਉਂਕਿ ਹਰ ਇੱਕ ਚੀਜ਼ ਰਿਪੀਟੀਸ਼ਨ ਪੁਨਰੁਕਤ ਹੋ ਰਹੀ ਹੈ ਆਸੀ ਸਵਾਸ ਬਾਰ-ਬਾਰ ਲੈ ਰਹੇ ਆਂ ਅਸੀਂ ਰੋਜ਼ਾਨਾ ਖਾਣਾ ਬਾਰ-ਬਾਰ ਖਾ ਰਹੇ ਆਂ ਅਸੀਂ ਰੋਜ਼ਾਨਾ ਪਾਣੀ ਬਾਰ-ਬਾਰ ਪੀ ਰਹੇ ਆਂ ਰੋਜ਼ਾਨਾ ਬਾਰ-ਬਾਰ ਸੌ ਰਹੇ ਆਂ ਰਿਪੀਟਿਸ਼ਨ ਹੋ ਰਹੀ ਨੇ ਬਾਰ-ਬਾਰ ਅਸੀਂ ਉਸੇ ਜਗ੍ਹਾ ਤੇ ਜਾ ਰਹੇ ਆਂ ਜਾਂ ਜੌਬ ਤੇ ਜਾ ਰਹੇ ਆਂ ਜਾਂ ਨੌਕਰੀ ਤੇ ਜਾਂ ਵਪਾਰ ਤੇ ਜਾਂ ਆਪਣੀ ਦੁਕਾਨ ਤੇ ਬਾਰ-ਬਾਰ ਉਹੀ ਕੰਮ ਕਰ ਰਹੇ ਆਂ ਬਾਰ-ਬਾਰ ਇਹਦਾ ਮਤਲਬ ਸਾਨੂੰ ਬਾਰ-ਬਾਰ ਕਰਨ ਦੇ ਨਾਲ ਸਾਨੂੰ ਉਹ ਚੀਜ਼ ਯਾਦ ਰਹਿੰਦੀ ਹੈ ਇਸ ਕਰਕੇ ਬਾਰ-ਬਾਰ ਗੁਰਬਾਣੀ ਸਾਨੂੰ ਇੱਕੋ ਗੱਲ ਸਮਝਾਉਂਦੀ ਹੈ ਕਿ ਆਹ ਬੰਦਿਆ ਨਾਮ ਸਿਮਰਨ ਕਰ ਨਾਮ ਜਪ ਫਿਰ ਦੇਖੀ ਇਕ ਕਿਤੇ ਨਾ ਕਿਤੇ ਤੁਹਾਡੇ ਗੱਲ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਬੈਠ ਜਾਵੇ ਸਾਡੇ ਹਿਰਦੇ ਵਿੱਚ ਕਿ ਹਾਂ ਆਹ ਗੱਲ ਹੈ ਆਹ ਕੁੰਡੀ ਹੈ ਤੇ ਜੇਕਰ ਤੇ ਸੋਚਣ ਲੱਗ ਪਈਏ ਬਾਰ ਬਾਰ ਉਹੀ ਭਾਈ ਸਾਬ ਜੀ ਕੋ ਗੱਲ ਹੀ ਕਰ ਰਹੇ ਹਨ ਜੇ ਰੋਗਾਂ ਨੂੰ ਕੱਢਣਾ ਹੈ ਜਾਂ ਦੁੱਖਾਂ ਨੂੰ ਕੱਢਣਾ ਹੈ ਸੰਸਾਰ ਦੇ ਵਿੱਚੋਂ ਆਪਣੇ ਜੀਵਨ ਵਿੱਚੋਂ ਫਿਰ ਕੀ ਨਾਮ ਜਪਾ ਸਾਨੂੰ ਪਤਾ ਲੱਗ ਗਿਆ ਜੀ ਤੇ ਫਿਰ ਨਾਮ ਜਪਣਾ ਨੇ ਨਾ ਸ਼ੁਰੂ ਕੀਤਾ ਜੇ ਤੇ ਉਹਦਾ ਅਮਲ ਕਰ ਲਿਆ ਨਾਮ ਜਪਣਾ ਆਰੰਭ ਕਰ ਲਿਆ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਫਿਰ ਤੇ ਠੀਕ ਹੈ ਫਿਰ ਤੇ ਤੁਹਾਨੂੰ ਗੱਲ ਦੀ ਸਮਝ ਆ ਗਈ ਇਹਨੂੰ ਫਿਰ ਛੱਡਣਾ ਨਹੀਂ ਤੇ ਜਿੰਨੀ ਦੇਰ ਤੱਕ ਸਮਝ ਨਹੀਂ ਆਉਂਦੀ ਸਾਨੂੰ ਸੁਣਨਾ ਪੈਣਾ ਹੈ ਇਹ बार-बार ਕੰਨਾਂ ਵਿੱਚ ਪਾਉਣਾ ਪੈਣਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਤਾਪ ਸੰਤਾਪ ਸਗਲੇ ਗਏ ਸਾਰੀਆਂ ਤਕਲੀਫਾਂ ਤੇ ਦਰਦੜੇ ਮਿਟ ਗਏ ਹਨ ਮਿਟ ਗਏ ਹਨ ਕਿ ਸਾਰੀਆਂ ਬਿਮਾਰੀਆਂ ਵੀ ਦੂਰ ਹੋ ਗਈਆਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਸਾਰੇ ਦੁੱਖ ਤਕਲੀਫਾਂ ਸੰਤਾਪ ਕਲੇਸ਼ ਕਰਦੇ ਹਰ ਇੱਕ ਚੀਜ਼ਾਂ ਬਿਲਕੁਲ ਠੀਕ ਹੋ ਗਈ ਹੈ ਸਭ ਕੁਝ ਠੀਕ ਹੋ ਗਿਆ ਹੈ ਕਿਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਇਹ ਕਿਉਂ ਠੀਕ ਹੋ ਗਏ ਹਨ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਤਾਂ ਇਨਸਾਨ ਤੂੰ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਨਾਮ ਜਪਣਾ ਤੇ ਜਦੋਂ ਬੰਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਨਾ ਫਿਰ ਇਨਸਾਨ ਦੇ ਅੰਦਰ ਜਿਹੜੇ ਪਾਪ ਹੁੰਦੇ ਹਨ ਜਿਹੜੇ ਭੈੜੇ ਕਰਮ ਹੁੰਦੇ ਹਨ ਉਹ ਫਿਰ ਘਟਣੇ ਸ਼ੁਰੂ ਹੋ ਜਾਂਦੇ ਹਨ ਘਟਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਇੱਕ ਮੈਲਾ ਕੱਪੜਾ ਹੋਵੇ ਜਾਂ ਚਿੱਟਾ ਕੱਪੜਾ ਹੋਵੇ ਕੋਈ ਵੀ ਕਲਰ ਦਾ ਕੱਪੜਾ ਲੈ ਲਓ ਉਹਨੂੰ ਮੈਲ ਚੜੀ ਜਾਵੇ ਮੈਲਦਰ ਮੈਲ ਚੜੀ ਜਾਵੇ ਫਿਰ ਆਪਾਂ ਕਹਿੰਦੇ ਸਾਬਣ ਨਾਲ ਧੋਨੇ ਆ ਜਿੰਨੀ ਤੱਕ ਤੇਰਤਾ ਕੋ ਪੌਣ ਜੋਗਾ ਨਾ ਹੋ ਜਾਵੇ ਨਿੱਖਰ ਨਾ ਜਾਵੇ ਇਹ ਚਿੱਟਾ ਨਾ ਨਿਕਲ ਜਾਵੇ ਸਾਫ ਨਾ ਹੋ ਜਾਵੇ ਉੱਜਲ ਨਾ ਹੋ ਜਾਵੇ ਨਿਰਮਲ ਨਾ ਹੋ ਜਾਵੇ ਆਪਾਂ ਪਾਉਦੇ ਨਹੀਂ ਕਿ ਲੋਕੀ ਕੀ ਕਹਿਣਗੇ ਲੋਕੀ ਹੱਸਣਗੇ ਲੈ ਦਾਗੀ ਕੱਪੜਾ ਪਾਈ ਫਿਰਦਾ ਇਹਨੂੰ ਇੰਨੀ ਵੀ ਸਮਝ ਨਹੀਂ ਤੇ ਜੇ ਮੰਨ ਲਓ ਠੀਕ ਨਾ ਹੋਵੇ ਫਿਰ ਆਪਾਂ ਕਹਿੰਦੇ ਕੱਪੜਾ ਚੇਂਜ ਕਰੋ ਇਸੇ ਤਰ੍ਹਾਂ ਸਾਡਾ ਮਨ ਦਾਗੀ ਹੈ ਤੇ ਜਦੋਂ ਆਪਾਂ ਨਾਮ ਜਪਾਂਗੇ ਨਾ ਨਾਮ ਜਪਾਂਗੇ ਹੌਲੀ ਹੌਲੀ ਬੰਦੇ ਦੇ ਵਿੱਚ ਤੰਦਰੁਸਤੀ ਆਉਂਦੀ ਜਾਵੇਗੀ ਤਨ ਵਿੱਚ ਵੀ ਤੇ ਮਨ ਵਿੱਚ ਵੀ ਜਿੰਨੇ ਰੋਗ ਦੁੱਖ ਹੈ ਨਾ ਸਾਰੇ ਦੂਰ ਹੁੰਦੇ ਜਾਣਗੇ ਤੇ ਦੂਸਰਾ ਅਸੀਂ ਜਿੰਨੇ ਵੀ ਪਾਪ ਕੀਤੇ ਹਨ ਮਨ ਵਿੱਚ ਮਲੀਨਤਾ ਭਰੀ ਹੈ ਸਾਡੇ ਮਨ ਵਿੱਚ ਉਹ ਫਿਰ ਦੂਰ ਹੁੰਦੀ ਜਾਵੇਗੀ ਪਰਮਾਤਮਾ ਸਾਨੂੰ ਬਖਸ਼ ਦਵੇਗਾ ਕਿਉਂਕਿ ਪਰਮਾਤਮਾ ਬਖਸ਼ੰਦ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਪਾਰ ਬ੍ਰਹਮ ਤੂੰ ਬਖਸਿਆ ਫਿਰ ਪਾਰ ਬ੍ਰਹਮ ਨੇ ਤੈਨੂੰ ਬਖਸ਼ ਦੇਣਾ ਹੈ ਉਹ ਕੀ ਰੱਬ ਬੜਾ ਦਿਆਲੂ ਹੈ ਉਹ کریم ਹੈ ਬਖਸ਼ੰਦ ਹੈ ਰਹੀਮ ਹੈ ਕਰੀਮਾ ਰਹੀਮਾ ਅੱਲਾਹ ਤੂੰ ਗਣੀ ਉਹ ਤੇ ਬੜਾ ਬਖਸ਼ਾਂ ਦੇ ਬੜਾ ਦਿਆਲੂ ਉਹਦੇ ਕੋਈ ਆਵੇ ਤੇ ਸਹੀਂ ਤੇ ਜੇ ਸਾਡੇ ਮਨ ਵਿੱਚ ਇਹ ਰਹਿ ਜਾਵੇ ਕਿ ਸਾਨੂੰ ਪਤਾ ਨਹੀਂ ਰੱਬ ਨੇ ਬਖਸ਼ਣਾ ਕਿ ਨਹੀਂ ਬਖਸ਼ਣਾ ਅਸੀਂ ਬੜੇ ਪਾਪ ਕਰ ਬੈਠੇ ਅਸੀਂ ਕਿਹੜਾ ਮੂੰਹ ਲੈ ਕੇ ਗੁਰੂ ਦੇ ਘਰ ਜਾਈਏ ਅਸੀਂ ਕਿਹੜਾ ਮੂੰਹ ਲੈ ਕੇ satsangat ਵਿੱਚ ਬਈਏ ਲੋਕੀ ਗੱਲਾਂ ਕਰਨਗੇ ਜਿਵੇਂ ਕਈ ਕਹਿ ਦਿੰਦੇ ਹਨ ਨਾ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਤੇ ਜਿਹੜਾ ਸਹੀ ਰਸਤੇ ਤੁਰਨਾ ਚਾਹਵੇ ਨਾ ਲੋਕੀ ਉਹਨੂੰ ਵੀ ਤੁਰਨ ਨਹੀਂ ਦਿੰਦੇ ਫਿਰ ਉਹਨੂੰ ਵੀ ਤਾਨੇ ਮੇਨੇ ਦਿੰਦੇ ਕਿ ਸਾਰੀ ਉਮਰ ਤੇ ਆ ਕੰਮ ਕਰਦਾ ਰਿਆ ਤੇ ਹੁਣ ਆ ਕੇ ਤੇ ਹੁਣ ਗੁਰੂ ਆਲਾ ਬਣਨ ਲੱਗਾ ਏ ਤੇ ਲੋਕੀ ਉਹਨੂੰ ਵੀ ਗੁਰੂ ਵਾਲ ਨਹੀਂ ਲੱਗਣ ਦਿੰਦੇ ਪਰ ਗੁਰਬਾਣੀ ਕਹਿੰਦੀ ਪ੍ਰਮਾਤਮਾ ਕਹਿੰਦਾ ਗੁਰੂ ਕਹਿੰਦਾ ਕਹਿੰਦਾ ਇਸ ਤਰ੍ਹਾਂ ਤੂੰ ਕਰਨਾ ਪ੍ਰਮਾਤਮਾ ਦਾ ਹਿਰਦਾ ਬੜਾ ਵਿਸ਼ਾਲ ਤੂੰ ਇੱਕ ਵਾਰੀ ਆ ਆਪਣੇ ਗੁਨਾਹਾਂ ਨੂੰ ਕਬੂਲ ਕਰ ਲੈ ਗੁਨਾਹਾਂ ਨੂੰ ਕਬੂਲ ਕਰ ਲੈ ਫਿਰ ਕੀ ਹੋਵੇਗਾ ਤੇਰੇ ਪਾਪ ਬਖਸ਼ੇ ਜਾਣਗੇ ਤੇ ਤੈਨੂੰ ਸੰਤਾਂ ਦੀ ਜਿਹੜਾ ਸੰਤਾਂ ਨੂੰ ਰਸ ਆਉਂਦਾ ਹੈ ਨਾ ਸੰਤਾਂ ਨੂੰ ਉਹ ਕਿ ਜਿਵੇਂ ਗੁਰਬਾਣੀ ਕਹਿੰਦੀ ਸੰਤੋ ਮੱਖਣ ਖਾਇਆ ਛਾਸ਼ ਪੀਏ ਸੰਸਾਰ ਸੰਤ ਤੇ ਨਾਮ ਦਾ ਮੱਖਣ ਖਾਂਦੇ ਨੇ ਅਸਲੀ ਰਸ ਤੇ ਉਹ ਕਹਿੰਦ ਖਾਂਦੇ ਨੇ ਤੇ ਜਿਹੜੀ ਲੱਸੀ ਹੈ ਨਾ ਉਹ ਤੇ ਸੰਸਾਰੀ ਲੋਕੀ ਪੀਂਦੇ ਆ ਉਹਨਾਂ ਨੂੰ ਤੇ ਬਾਹਰੋਂ ਬਰੋਂ ਉੱਪਰੋਂ ਚੀਜ਼ ਚੰਗੀ ਲੱਗਦੀ ਹੈ ਕਿ ਆ ਠੀਕ ਹੈ ਜੀ ਇਹ ਦੁਨਿਆਵੀ ਪਦਾਰਥ ਕੋਠੀ ਬੜੀ ਸੋਹਣੀ ਹੈ ਇਹ ਘਰ ਬੜਾ ਸੋਹਣਾ ਹੈ ਮਕਾਨ ਬੜਾ ਵਧੀਆ ਹੈ ਜ਼ਮੀਨ ਜਾਇਦਾਦ ਆਪਣੇ ਕੋ ਬੜੀ ਹੈ ਬੜੇ ਸੋਹਣੇ ਕੱਪੜੇ ਨੇ ਬੜੀ ਲੰਮੀ ਗੱਡੀ ਹੈ ਸਾਡੇ ਕੋਲ ਸਾਡੀ ਸਾਰੇ ਪਿੰਡ ਵਿੱਚ ਸਾਡੀ ਸਾਰੇ ਸ਼ਹਿਰ ਵਿੱਚ ਬੜੀ ਪਹੁੰਚ ਹੈ ਦੂਰ ਤੱਕ ਪਹੁੰਚ ਹੈ ਇਹ ਲੱਸੀ ਹੈ ਤੇ ਸੰਤਨ ਲੋਕ ਜਿਹੜੇ ਸੰਤ ਲੋਕ ਨਾ ਇਹੋ ਜਿਹੀ ਚੀਜ਼ਾਂ ਜ ਨਹੀਂ ਪੈਂਦੇ ਉਹ ਕਹਿੰਦੇ ਲੱਸੀ ਨੂੰ ਪੀ ਕੇ ਕੀ ਕਰਨਾ ਹੈ ਅਸੀਂ ਤਾਂ ਮੱਖਣ ਖਾਵਾਂਗੇ ਨਾਮ ਦਾ ਮੱਖਣ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਅਗੇ ਸਰੈਂਡਰ ਕੀਤਾ ਹੁੰਦਾ ਹੈ ਇਸ ਕਰਕੇ ਸਾਨੂੰ ਇਹ ਨਹੀਂ ਪੁੱਲਣਾ ਚਾਹੀਦਾ ਕਿ ਠੀਕ ਹੈ ਕਿ ਪ੍ਰਮਾਤਮਾ ਸਾਨੂੰ ਬਖਸ਼ੂਗਾ ਕਿ ਨਹੀਂ ਬਖਸ਼ੂਗਾ ਉਹ ਸਾਨੂੰ ਹਰ ਵੇਲੇ ਵੇਖ ਰਿਹਾ ਜਦੋਂ ਅਸੀਂ ਪਾਪ ਕਰਦੇ ਹਾਂ ਉਦੋਂ ਵੀ ਸਾਨੂੰ ਵੇਖਦਾ ਹੈ ਜਦੋਂ ਅਸੀਂ ਪੁੰਨ ਕਰਦੇ ਹਾਂ ਉਦੋਂ ਵੀ ਸਾਨੂੰ ਵੇਖਦਾ ਹੈ ਹਰ ਪਾਸੇ ਸਾਨੂੰ ਵੇਖ ਰਿਹਾ ਹਰ ਵੇਲੇ ਵੇਖ ਰਿਹਾ ਉਹ ਸਾਨੂੰ ਤੇ ਫਿਰ ਉਹ ਤੋਂ ਸ਼ਰਮ ਕਾਜੀ ਉਹਦੀ ਸ਼ਰਣ ਵਿੱਚ ਆ ਜਾਣਾ ਚਾਹੀਦਾ ਹੈ ਵੇਖੋ ਗੁਰਬਾਣੀ ਵਿੱਚ ਬੜੀਆਂ ਬਣੀਆਂ ਉਦਾਹਰਨਾਂ ਨੇ ਪਟਤ ਸਹਿਬਾਂ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਹੈ ਪ੍ਰਮਾਤਮਾ ਅੱਗੇ ਗੁਰੂ ਅੱਗੇ ਆਪਾਂ ਰੂਝੀ ਪੜਦੇ ਆਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਸਾਰੀ ਗੱਲ ਰੱਖੀ ਏ ਪਟਕੀਰਤ ਜੀ ਨੇ ਕਿ ਗੁਰੂ ਰਾਮਦਾਸ ਜੀ ਰੱਖੋ ਸਰਣਾਇ ਮੈਨੂੰ ਆਪਣੀ ਸਰਣਾ ਸਰਣਾਈ ਵਿੱਚ ਰੱਖ ਲਓ ਆਪਣੇ ਚਰਨਾਂ ਵਿੱਚ ਲਾ ਦੋ ਮੈਂ ਤੇ ਬੜਾ ਵੱਡਾ ਪਾਪੀ ਆਂ ਸਰੈਂਡਰ ਕੀਤਾ ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਖੋਲ ਕੇ ਰੱਖ ਦਿੱਤਾ ਕਿ ਮੇਰੇ ਚ ਬੜੇ ਔਗਣ ਹਨ ਬੜੇ ਔਗਣ ਹਨ ਤੇ ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ ਹਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕੈ ਧੋ ਭੈ ਸੁਆਮੀ ਮਾਨਸ ਕੀ ਗਤਿ ਬੜੀ ਵਕਾਲਤ ਕੀਤੀ ਬੰਦੇ ਦੀ ਗੁਰੂ ਸਾਹਿਬਾਨ ਨੇ ਕਿ ਬੰਦੇ ਨੂੰ ਕੀ ਹੈ ਬੰਦੇ ਨੂੰ ਜਿੰਨਾ ਮਰਜੀ ਧੋ ਲੋ ਜਿਵੇਂ ਮਿੱਟੀ ਆ ਨਾ ਮਿੱਟੀ ਨੂੰ ਜਿੰਨੀ ਮਰਜੀ ਧੋ ਲੋ ਮਿੱਟੀ ਦੇ ਵਿੱਚ ਮੈਲ ਥੋੜੀ ਨਿਕਲਣੀ ਹੈ ਮੈਲ ਤਾਂ ਰਹਿਣੀ ਲੈਣੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਬਖਸ਼ਿੰਦ ਹੈ ਤੂੰ ਪਰਮਾਤਮਾ ਹੈ ਤੂੰ ਅੱਲਾ ਹੈ ਤੂੰ ਵੜੀ ਅੱਲਾ ਹੈ ਤੂੰ ਹੀ ਸਿਰਫ ਔਗਣਾਂ ਤੋਂ ਬਰੇ ਹੈ ਤੂੰ ਹੀ ਤੇਰੇ ਵਿੱਚ ਕੋਈ ਔਗਣ ਨਹੀਂ ਪਰ ਬੰਦਾ ਜਿੰਨਾ ਮਰਜੀ ਨਾਮ ਜਪਲੇ ਉਹਦੇ ਵਿੱਚ ਕੋਈ ਨਾ ਕੋਈ ਔਗਣ ਰਹੇਗਾ ਜਿੰਨੇ ਮਰਜੀ ਚੰਗੇ ਕੰਮ ਕਰ ਲੈ ਉਹ ਕੀ ਅਸੀਂ ਮਿੱਟੀ ਦੇ ਪਤਲੇ ਐ ਮੈਲ ਤੇ ਰਹਿਣੀ ਲੈਣੀ ਹੈ ਤਾਂ ਤੂੰ ਹੀ ਉਹ ਬਖਸ਼ਲੇ ਸਰੈਂਡਰ ਕੀਤਾ ਹੈ ਜਿ ਫੇਰ ਗੁਰਬਾਣੀ ਕਹਿੰਦੀ ਹੈ ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਬ ਹੋ ਡੁੱਬਦੇ ਪੱਥਰ ਤਾਰੇ ਕਿਰਪਾ ਕਰ ਦਇਆ ਕਰ ਤੂੰ ਤਾਂ ਡੁੱਬਦੇ ਪੱਥਰਾਂ ਨੂੰ ਤਾਰ ਲੈਣਾ ਹੈ ਸਾਡੇ ਵਿੱਚ ਤੇ ਔਗਣ ਇੰਨੇ ਨੇ ਜਿਵੇਂ ਇੱਕ ਸਮੁੰਦਰ ਵਿੱਚ ਪਾਣੀ ਆ ਤੋ ਸਮੁੰਦਰ ਦਾ ਪਾਣੀ ਮਿਣਿਆ ਜਾ ਸਕਦਾ ਹੈ ਸਮੁੰਦਰ ਦੇ ਪਾਣੀ ਦੇ ਡੰਗਾਈ ਨਾਪੀ ਜਾ ਸਕਦੀ ਕਿੰਨਾ ਪਾਣੀ ਹੈ ਇੰਨੇ ਔਗਣ ਇੰਨੇ ਪਾਪ ਬੰਦੇ ਵਿੱਚ ਸਰੰਡਰ ਕੀਤਾ ਹੈ ਆਪਣੇ ਅਉਗਣ ਰੱਖ ਦਿੱਤੇ ਅੱਗੇ। ਬਾ ਪਾਕੀ ਸਾਰੇ ਗੁਰੂ ਸਾਹਿਬਾਨਾਂ ਨੇ ਵੀ ਭਗਤਾਂ ਨੇ ਵੀ ਬੜਾ ਕੁਝ ਕਿ ਲਿਖਿਆ ਹੈ। ਬੜਾ ਕੁਝ ਨੂੰ ਸਮਝਾਉਣ ਵਾਸਤੇ ਲਿਖਿਆ ਹੈ ਇਹ ਚੀਜ਼ਾਂ ਦਸੀਆਂ ਹਨ ਕਿ ਇਹ ਬੰਦਿਆ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾ। ਭਗਤ ਕਬੀਰ ਜੀ ਕਹਿੰਦੇ ਨੇ ਕਬੋ ਕਬੀਰ ਸੁਨਹੁ ਰੇ ਸੰਤੋ ਖੇਤ ਹੀ ਕਰੋ ਨਬੀਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਪਵਜਲ ਫੇਰਾ। ਭਗਤ ਜੀ ਕਹਿੰਦੇ ਮੈਨੂੰ ਇਸ ਵਾਰੀ ਬਖਸ਼ ਲੈ। ਕਿਉਂ? ਕਿਉਂ ਮਾਫੀ ਮੰਗ ਰਹੇ ਹਨ ਕਿਉਂਕਿ ਭਗਤ ਜੀ ਨੂੰ ਵੀ ਲੱਗਾ ਕਿ ਮੈਂ ਕੋਈ ਨਾ ਕੋਈ ਪਾਪ ਤੇ ਕੀਤਾ ਹੈ ਕੋਈ ਨਾ ਕੋਈ ਸੂਖਸ਼ਮ ਅੰਦਰ ਗਲਤੀ ਰਹਿ ਗਈ ਹੈ ਰਹਿ ਗਈ ਹੈ ਉਹ ਵੀ ਦੱਸ ਰਹੇ ਨੇ ਅੱਗੇ ਰੱਖ ਰਹੇ ਹਨ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਇਹ ਬੰਦਿਆ ਤੂੰ ਆਪਣਾ ਮਨ ਬਣਾ ਤੇ ਗੁਰੂ ਦੇ ਅੱਗੇ ਆ ਜਾ ਆਪਣਾ ਮਸਤਕ ਗੁਰੂ ਦੇ ਚਰਨਾਂ 'ਚ ਰੱਖ ਦੇ ਤੇ ਔਗਣ ਆਪਣੇ ਪਾਪ ਕਬੂਲ ਕਰ ਲੈ ਰੱਬ ਅੱਗੇ ਕਬੂਲ ਕਰ ਲੈ ਕਹ ਦੇ ਕਿ ਮੈਂ ਬੜਾ ਵੱਡਾ ਪਾਪੀ ਹਾਂ ਕਹ ਦੇ ਉਤਨੂੰ ਮਾਫ ਕਰ ਦੂਗਾ ਤੇ ਤੇਰੀ ਝੋਲੀ ਵਿੱਚ ਐਸਾ ਰਸ ਪਾਊਗਾ ਜੋ ਸੰਤਾਂ ਨੂੰ ਰਸ ਆਉਂਦਾ ਹੈ ਸਤਸੰਗਤ ਦਾ ਰਸ ਪਾਰ ਬ੍ਰਹਮ ਤੂੰ ਬਖਸ਼ਿਆ ਪਾਰ ਬ੍ਰਹਮ ਫਿਰ ਬਖਸ਼ ਦਿੰਦਾ ਹੈ ਤੈਨੂੰ ਬਖਸ਼ ਦੇਵੇਗਾ ਤੇ ਤੈਨੂੰ ਸੰਤਨ ਰਸ ਭੋਗ ਜਿਹੜੇ ਸੰਤਾਂ ਨੂੰ ਜਿਹੜੇ ਸੰਤ ਲੋਕ ਰਸ ਨੂੰ ਭੋਗਦੇ ਹਨ ਰਸ ਨੂੰ ਛਕਦੇ ਹਨ ਅਮਰਤਮਈ ਰਸ ਨੂੰ ਉਹ ਰਸ ਵੀ ਤੇਰੀ ਜ਼ਿੰਦਗੀ ਵਿੱਚ ਆ ਜਾਵੇਗਾ ਇਹ ਰਹਾਉ ਵਾਲੀ ਪੰਕਤੀ ਸੀ ਜੀ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਜਿੱਥੇ ਫਿਰ ਤੈਨੂੰ ਸਦੀਵ ਤੌਰ ਤੇ ਆਰਾਮ ਮਿਲਣਾ ਹੈ ਨਾ ਬੰਦੇ ਨੂੰ ਆਰਾਮ ਪਤਾ ਕਿੱਥੇ ਮਿਲਦਾ ਹੈ ਆਪਾਂ ਦੇਖਦੇ ਜਦੋਂ ਮੈਰਿਜ ਫੰਕਸ਼ਨ ਵਿੱਚ ਵੀ ਜਾਂਦੇ ਜਾਂ ਕੋਈ ਪਾਰਟੀ ਅਟੈਂਡ ਕਰਦੇ ਆ ਜਾਂ ਆਪਣੇ ਸੱਜਣਾ ਮਿੱਤਰਾਂ ਨਾਲ ਬੈਠੇ ਨੂੰ ਉੱਥੇ ਵੀ ਚਲੋ ਆਰਾਮ ਮਿਲਦਾ ਹੈ ਆਨੰਦ ਮਿਲਦਾ ਹੈ ਪਰ ਇੱਕ ਦਿਲੀ ਸਕੂਨ ਹੁੰਦਾ ਹੈ ਇੱਕ ਆਤਮਿਕ ਆਨੰਦ ਹੁੰਦਾ ਹੈ ਇੱਕ ਆਤਮਿਕ ਖੇੜਾ ਹੁੰਦਾ ਉਹ ਕਿੱਥੇ ਮਿਲਦਾ ਹੈ ਉਹ ਸਤ ਸੰਗਤ ਦੇ ਵਿੱਚ ਸਤ ਸੰਗਤ ਦੇ ਵਿੱਚ ਸਰਬ ਸੁਖਾ ਤੇਰੀ ਮੰਡਲੀ ਸਾਰੇ ਆਰਾਮ ਤੇਰੀ ਸੰਗਤ ਵਿੱਚੋਂ ਪੈਦਾ ਹੁੰਦੇ ਹਨ ਸਾਰੇ ਆਰਾਮ ਸਾਰੇ ਸੁਖ ਗੁਰੂ ਦੀ ਸੰਗਤ ਵਿੱਚੋਂ ਗੁਰੂਦੁਆਰੇ ਪੈਦਾ ਹੁੰਦੇ ਹਨ ਉੱਥੇ ਫਿਰ ਇੱਕ ਗਮ ਹੋਰ ਵੀ ਹੁੰਦਾ ਹੈ ਤੇਰਾ ਮਨ ਤਨ aroog ਜਦੋਂ ਸਤ ਸੰਗਤ ਵਿੱਚ ਜਾਵੇਂਗਾ ਇੱਕ ਤਾਂ ਤੈਨੂੰ ਆਨੰਦ ਮਿਲੇਗਾ ਇੱਕ ਤੈਨੂੰ ਸਕੂਨ ਮਿਲੇਗਾ ਸ਼ਾਂਤੀ ਮਿਲੇਗੀ ਤੇ ਦੂਸਰਾ ਤੇਰਾ ਤਨ ਦੇ ਵਿੱਚ ਜਿੰਨੇ ਰੋਗ ਹਨ ਉਹ ਵੀ ਨਿਕਲ ਜਾਣਗੇ ਜਿੰਨੇ ਤੇਰੇ ਮਨ ਵਿੱਚ ਰੋਗ ਵੜੇ ਹਨ ਉਹ ਵੀ ਨਿਕਲ ਜਾਣਗੇ ਉਹ ਵੀ ਨਿਕਲ ਜਾਣਗੇ ਫਿਰ ਤੂੰ ਨਿਰਮਲ ਹੋ ਜਾਵੇਂਗਾ ਜਵੇਂ ਨਿਰਮਲ ਉੱਜਲ ਐ ਚਿੱਟਾ ਕੱਪੜਾ ਹੁੰਦਾ ਹੈ ਨਾ ਇਸ ਤਰ੍ਹਾਂ ਹੋ ਜਾਵੇਂਗਾ ਇਸ ਤਰ੍ਹਾਂ ਹੋ ਜਾਵੇਂਗਾ ਬਸ਼ਰਤੇ ਤੂੰ ਪਰਮਾਤਮਾ ਦਾ ਨਾਮ ਜਪਿਖੋ ਬਾਰ ਬਾਰ ਉਹੀ ਚੀਜ਼ ਆ ਰਹੀ ਹੈ ਕਿ ਸਾਡੇ ਦਿਮਾਗ ਵਿੱਚ ਪੈ ਜਾਵੇ ਇਹ ਚੀਜ਼ ਕਿ ਅਸੀਂ ਨਾਮ ਜਪਣਾ ਹੈ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਇਹ ਬੰਦਿਆ ਤੂੰ ਬੰਦਗੀ ਕਰੀ ਜਾ ਬਸ ਬੰਦਗੀ ਕਰੀ ਜਾ ਜਿੰਨੀ ਦੇਰ ਤੱਕ ਤੇਰੇ ਅੰਦਰ ਸਵਾਸ ਹੈ ਨਾ ਤੂੰ ਬੰਦਗੀ ਨਹੀਂ ਛੱਡਣੀ ਬੰਦਗੀ ਨਹੀਂ ਛੱਡਣੀ ਭਗਤ ਕਬੀਰ ਜੀ ਤਾਂ ਕਹਿੰਦੇ ਹਨ ਕਬੀਰ ਕਿਸੋ ਕਿਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਨੇ ਪੁਕਾਰ ਕਹਿੰਦੇ ਮੈਂ ਤੇ ਕੂਕੀ ਜਾਣਾ ਤੇ ਮੈਂ ਕੂਕੀ ਗਿਆ ਏ ਰਾਤ ਨਹੀਂ ਵੇਖੀ ਦਿਨ ਨਹੀਂ ਵੇਖਿਆ ਭਗਤ ਕਬੀਰ ਜੀ ਕਹਿੰਦੇ ਆਪਾਂ ਦੇ ਰਾਮ 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 ਸਤਨਾਮ 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 ਆਪਾਂ ਕਰੀ ਗਏ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਆਪਾਂ ਨੇ ਬੈਠੇ ਪਤਾ ਨਹੀਂ ਕਿਹੜੇ ਵੇਲੇ ਸਵਾਸ ਮੁੱਕ ਜਾਣੇ ਹਨ ਪਤਾ ਨਹੀਂ ਕਿਹੜੇ ਵੇਲੇ ਉਹਨੇ ਇਸ਼ਾਰਾ ਕਰਨਾ ਤੇ ਜਿੰਦ ਜਿਹੜੀ ਕੱਢ ਕੇ ਲੈ ਜਾਣੀ ਹੈ ਪਤਾ ਨਹੀਂ ਹੈ ਪਤਾ ਨਹੀਂ ਕਿਹੜੇ ਵੇਲੇ ਆਖੰਤਮ ਸਵਾਸ ਕਦੋਂ ਸਾਨੂੰ ਕੀ ਪਤਾ ਹੈ ਕੋਈ ਪਤਾ ਨਹੀਂ ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਆਪਾਂ ਤੇ ਵਸਾ ਨਹੀਂ ਖਾਦਾ ਆਪਾਂ ਤੇ ਰਾਤ ਦਿਨ ਕੂਕੀ ਗਏ ਆ ਪ੍ਰਮਾਤਮਾ ਦਾ ਨਾਮ ਜਪੀ ਗਏ ਆ ਕਦੀ ਤੇ ਉਹਨੂੰ ਤਰਸ ਆਵੇਗਾ ਨਾ ਐਨੇ ਹੀ ਤਰਲੇ ਪਾ ਰਹੇ ਆ ਇੰਨਾ ਨੂੰ ਪੁਕਾਰ ਕਰ ਰਿਹਾ ਮੈਂ ਰਾਤ ਦਿਨ ਸੌਂਦਾ ਨਹੀਂ ਖਾਂਦੇ ਵੀ ਸੌਂਦੇ ਵੀ ਪੀਂਦੇ ਵੀ ਨਹਾਉਂਦੇ ਵੀ ਧੋਂਦੇ ਵੀ ਤੁਰਦੇ ਵੀ ਹਰ ਪਾਸੇ ਮੈਨੂੰ ਬੋਲੀ ਜਾ ਰਿਹਾ ਪੁਕਾਰੀ ਜਾ ਰਿਹਾ ਕਦੀ ਤੇ ਪੁਕਾਰ ਸੁਣੇਗਾ ਨਾ ਰੱਬ ਕਦੀ ਤੇ ਉਹਨੂੰ ਤਰਸ ਆਵੇਗਾ ਨਾ ਕਿ ਇਹ ਬੰਦਾ ਇਹਨਾਂ ਸਰ ਮੈਨੂੰ ਹਰ ਵੇਲੇ ਯਾਦ ਕਰ ਰਿਹਾ ਹੈ ਹਰ ਵੇਲੇ ਯਾਦ ਕਰੇਗਾ ਕਦੀ ਤੇ ਪੁਕਾਰ ਸੁਣੇਗਾ ਨਾ ਤੇ ਪੁਕਾਰ ਸੁਣਦਾ ਹੈ ਪੁਕਾਰ ਸੁਣਦਾ ਹੈ ਐਸਾ ਨਹੀਂ ਹੈ ਉਹ ਬੜਾ ਦਿਆਲੂ ਆ ਬੜਾ ਬਖਸ਼ੀਂਦੇ ਇਸ ਕਰਕੇ ਭਗਤ ਜੀ ਕਹਿੰਦੇ ਆਪਾਂ ਤਾਂ ਰਾਤ ਦਿਨ ਕੂਕੀ ਜਾਂਦੇ ਆ ਕਬੀਰ ਜੀ ਕਹਿੰਦੇ ਨੇ ਕਬੀਰ ਫਿਰ ਤੁਹਾਡੇ ਸਾਹਮਣੇ ਕਬੀਰ ਜੀ ਦਾ ਸਲੋਕ ਰੱਖਾਂ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਨ ਸਕੇ ਕੂਕਨੇ ਕਬੂ ਕੇ ਸੁਨੇ ਪੁਕਾਰ ਕਦੀ ਤਾਂ ਪੁਕਾਰ ਸੁਣੂਗਾ ਨਾ ਤੇ ਜੇ ਆਪਾਂ ਬੋਲਾਂਗੇ ਨਾ ਫਿਰ ਫਿਰ ਕੀ ਹੋਏਗਾ ਫਿਰ ਤਾਂ ਕੁਝ ਨਹੀਂ ਨਾ ਹੋਣਾ ਤੇ ਭਗਤ ਜੀ ਕਹਿੰਦੇ ਇਦਾਂ ਗੱਲ ਨਹੀਂ ਬਣਨੀ ਤਾਨੂੰ ਭੁੱਲਣਾ ਪੈਣਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਜਦੋਂ ਤੂੰ ਸਤ ਸੰਗਤ ਦੇ ਵਿੱਚ ਚੱਲ ਕੇ ਆ ਜਾਵੇਂਗਾ ਨਾਮ ਜਪਣਾ ਸ਼ੁਰੂ ਕਰ ਦੇਵੇਂਗਾ ਤੈਨੂੰ ਮਨ ਦੀ ਸ਼ਾਂਤੀ ਮਿਲ ਜਾਵੇਗੀ ਤੇਰੇ ਤਨ ਤੇ ਮਨ ਦੇ ਰੋਗ ਜਿਹੜੇ ਹਨ ਉਹ ਦੂਰ ਹੋ ਜਾਣਗੇ ਗੁਨ ਗਾਵ ਹੋ ਨਿਤ ਰਾਮ ਕੇ ਇਹ ਅਵਖਧ ਯੋਗ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇੱਕ ਦਵਾਈ ਹੈ ਜਿਵੇਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜੰਨੀਆਂ ਵੀ ਬਿਮਾਰੀਆਂ ਹਨ ਸਾਰੀਆਂ ਬਿਮਾਰੀਆਂ ਦੀ ਕੋਈ ਇੱਕ ਦਵਾਈ ਨਹੀਂ ਬਣੀ ਕਿਸੇ ਬਿਮਾਰੀ ਦੀ ਕੋਈ ਦਵਾਈ ਹੈ ਦੂਸਰੀ ਬਿਮਾਰੀ ਦੀ ਦੂਸਰੀ ਦਵਾਈ ਹੈ ਵੱਖੋ ਵੱਖਰੀ ਬਿਮਾਰੀਆਂ ਦੇ ਵੱਖੋ ਵੱਖਰੀ ਮੈਡੀਸਿਨ ਬਣੀ ਹੈ ਬਾਜ਼ਾਰ ਵਿੱਚ ਅਵੇਲੇਬਲ ਹੈ ਤੇ ਕਈ ਬਿਮਾਰੀਆਂ ਐਸੀਆਂ ਹਨ ਜਿਨ੍ਹਾਂ ਦੀ ਮੈਡੀਸਿਨ ਅਜੇ ਤੱਕ ਆਈ ਨਹੀਂ ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਦਵਾਈ ਹੈਗੀ ਹੈ ਇੱਕ ਅਵਖਦ ਹੈਗਾ ਏ ਇੱਕ ਕੇ ਗਏ ਇੱਕ ਐਸੀ ਦਵਾਈ ਹੈਗੀ ਹੈ ਇੱਕੋ ਦਵਾਈ ਤੁਸੀਂ ਖਾਓ ਜਿੰਨੇ ਮਰਜੀ ਰੋਗ ਜਿਹੜਾ ਮਰਜੀ ਕੈਟਾਗਰੀ ਦਾ ਰੋਗ ਹੋਵੇ ਨਾ ਤੁਹਾਡਾ ਠੀਕ ਹੋ ਜਾਵੇਗਾ ਉਹ ਹੈਗਾ ਨਾਮ ਦੀ ਦਵਾਈ ਦੁੱਖ ਪੰਜਨ ਤੇਰਾ ਨਾਮ ਜੀ ਸਰਬ ਰੋਗ ਦਾ ਔਖਦ ਨਾਮ ਸਾਰੇ ਰੋਗਾਂ ਦੀ ਇੱਕੋ ਦਵਾਈ ਹੈ ਪ੍ਰਮਾਤਮਾ ਦਾ ਨਾਮ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਗੁਣ ਗਾਵੋ ਨਿਤ ਰਾਮ ਕੇ ਉਹੀ ਭਗਤ ਜੀ ਵਾਲੀ ਗੱਲ ਕਿ ਨਿਤ ਹਮੇਸ਼ਾ ਉਹ ਪ੍ਰਮਾਤਮਾ ਦੇ ਜਿਹੜੇ ਗੁਣ ਹਨ ਉਹਨੂੰ ਗਾਈ ਜਾਓ ਗਾਈ ਜਾਓ ਗਾਈ ਜਾਓ ਜਦੋਂ ਮਰ ਜਿੱਥੇ ਵੀ ਤੁਹਾਡਾ ਟਾਈਮ ਲੱਗੇ ਜਦੋਂ ਵੀ ਤੁਹਾਨੂੰ ਯਾਦ ਆ ਜਾਵੇ ਜਿੱਤਾਂ ਕੋ ਅਮਰਤ ਉਹ ਲੈ ਨਹੀਂ ਸਾਂਭਿਆ ਜਾਂਦਾ ਕੋਈ ਕਿਸੇ ਵੇਲੇ ਇਹ ਵੀ ਸ਼ਿਕਾਇਤ ਹੁੰਦੀ ਕਿ ਸਾਡੇ ਕੋਲ ਅਮਰਤ ਵੇਲਾ ਨਹੀਂ ਸਾਂਭਿਆ ਜਾਂਦਾ ਕੀ ਕਰੀਏ ਜੀ ਤੇ ਫਿਰ ਖਾਲੀ ਥਾਵਾਂ ਨਾ ਭਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਜਿਵੇਂ ਕਹਿੰਦੇ ਨਾ ਬੱਚਿਆਂ ਦਾ ਆਪਾਂ ਦੇਖਦੇ ਹਾਂ ਲੈਸਨ ਪੜ੍ਹਦੇ ਉਹਦੇ ਵਿੱਚ ਹੁੰਦਾ ਹੈ ਫਿਲ ਇਨ ਦਾ ਬਲੈਂਕਸ ਇਹ ਖਾਲੀ ਥਾਵਾਂ ਭਰੋ ਜਦੋਂ ਬੰਦਾ ਕਿਤੇ ਖਾਲੀ ਥਾਵਾਂ ਕਿਸ ਤਰ੍ਹਾਂ ਹਨ ਜੇ ਮੰਨ ਲਓ ਕਿ ਇੱਕ ਇਨਸਾਨ ਘਰੋਂ ਆਪਣੀ ਦੁਕਾਨ ਤੇ ਜਾ ਰਿਹਾ ਜਾਂ ਜੋਬ ਤੇ ਜਾ ਰਿਹਾ ਵਿੱਚ ਕਿੰਨਾ ਅੱਧੇ ਘੰਟੇ ਦਾ ਵਕਤ ਪਾਏ ਅੱਧੇ ਘੰਟੇ ਦਾ ਟਾਈਮ ਉਹ ਅੱਦੇ ਕੰਟੇ ਵਿੱਚ ਖਾਲੀ ਥਾਂ ਹੈ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦੇ ਜੇ ਤੂੰ ਕਿਤੇ ਬਾਜ਼ਾਰ ਚੱਲੇ ਆ ਉਹ ਖਾਲੀ ਥਾਂ ਹੈ ਵਿਚਕਾਰ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦੇ ਇਸ ਤਰ੍ਹਾਂ ਦੀਆਂ ਖਾਲੀ ਥਾਵਾਂ ਆਪਣੀ ਜ਼ਿੰਦਗੀ ਵਿੱਚ ਭਰਨਾ ਸ਼ੁਰੂ ਕਰ ਦੇ ਹਮੇਸ਼ਾ ਫਿਰ ਤੇਰੇ ਮਨ ਵਿੱਚ ਇੱਕ ਚੀਟਕ ਲੱਗੇਗੀ ਤੈਨੂੰ ਸਵਾਦ ਆਉਣਾ ਸ਼ੁਰੂ ਹੋ ਜਾਵੇਗਾ ਫਿਰ ਤੂੰ ਅਮਰਤ ਵੇਲੇ ਵੀ ਉੱਠੇਗਾ ਅਮਰਤ ਵੇਲੇ ਵੀ ਉੱਠੇਗਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੁਨ ਗਾਵ ਹੋ ਨਿਤ ਰਾਮ ਕੇ ਇਹ ਅਵਖਦ ਜੋਗ ਇਹ ਦੁਨੀਆ ਦੇ ਲੋਕੋ ਇੱਕ ਦਵਾਈ ਹੈ ਆਰਾਮ ਦੇ ਨਾਮ ਦੀ ਉਹਨੂੰ ਹਮੇਸ਼ਾ ਖਾਣਾ ਕਰੋ ਹਮੇਸ਼ਾ 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 ਉਹਨੂੰ ਖਾਣਾ ਕਰੋ ਫਿਰ ਕੀ ਹੋਵੇਗਾ ਜਦੋਂ ਖਾਣਾ ਸ਼ੁਰੂ ਕਰਦੇ ਖਾਣਾ ਆਰੰਭ ਕਰ ਦੋਗੇ ਫਿਰ ਤੁਹਾਡੇ ਜਿੰਨੇ ਵੀ ਰੋਗ ਹਨ ਨਾ ਬਾਹਰ ਨਿਕਲਨੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਮਨ ਵਿੱਚ ਤੁਹਾਡੇ ਤਨ ਵਿੱਚ ਸੁਖੀ ਸੁਖ ਆਨੰਦ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਆਏ ਬਸ ਹੋ ਘਰ ਦੇਸ ਮਹਿ ਇਹ ਭਲੇ ਸੰਜੋਗ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਤੂੰ ਆਪਣੇ ਨਿਜ ਘਰ ਵਿੱਚ ਆ ਇਹਦਾ ਮਤਲਬ ਕੋਈ ਐਸਾ ਘਰ ਵੀ ਹੈ ਇੱਕ ਤੇ ਘਰ ਉਹ ਹੈ ਜਿੱਥੇ ਆਪਾਂ ਰਹਿੰਨੇ ਆਪੋ ਆਪਣੇ ਘਰ ਨੇ ਸਾਡੇ ਸਾਰਿਆਂ ਦੇ ਆਪਾਂ ਆਪਣੀ ਫੈਮਿਲੀ ਨਾਲ ਰਹਿੰਨੇ ਆ ਆਪਣੇ ਪਿਤਾ ਨਾਲ ਆਪਣੇ ਮਾਤਾ ਨਾਲ ਆਪਣੀ ਪਤਨੀ ਨਾਲ ਆਪਣੇ ਬੱਚਿਆਂ ਨਾਲ ਆਪਣੇ ਭੈਣ ਨਾਲ ਭਰਾ ਨਾਲ ਇਹ ਪਰਿਵਾਰ ਹੈ ਇੱਕ ਤੇ ਇਹਨਾਂ ਨਾਲ ਸਾਰੇ ਆਪਾਂ ਰਹਿੰਨੇ ਆ ਪਰ ਇੱਕ ਗ੍ਰਹਿ ਹੋਰ ਵੀ ਇੱਕ ਘਰ ਹੋਰ ਵੀ ਆ ਜਿਹੜਾ ਨਿਜ ਘਰ ਹੈ ਨਿਜ ਘਰ ਉਸ ਘਰ ਵਾਲ ਕਿਸੇ ਦਾ ਖਿਆਲ ਨਹੀਂ ਆਏ ਬਸ ਉਹ ਘਰ ਦੇਸ਼ ਮੈਂ ਇਹ ਭਲੇ ਸੰਜੋਗ ਤੂੰ ਆ ਕੇ ਆਪਣੇ ਘਰ ਵਿੱਚ ਵਤਨ ਵਿੱਚ ਨਿਵਾਸ ਕਰ ਆਪਣੇ ਦੇਸ਼ ਵਿੱਚ ਨਿਵਾਸ ਕਰ ਅਸਲੀ ਜਿਹੜਾ ਘਰ ਹੈ ਇਹ ਬੜਾ ਭਲਾ ਕੰਮ ਹੈ ਇਹ ਸੰਜੋਗ ਅਸਲੀ ਇਹ ਸੰਜੋਗ ਬਣਾ ਇਹ ਸੰਜੋਗ ਬਣਾਉਣਾ ਚਾਹੀਦਾ ਆਪਣੇ ਆਪ ਨੂੰ ਕਿ ਕਿ ਇਧਰ ਉਧਰ ਭਟਕਣਾ ਨਹੀਂ ਚਾਹੀਦਾ ਇੱਕ ਹਿਰਦੇ ਰੂਪੀ ਘਰ ਹੈ ਨਾ ਜਿਵੇਂ ਆਪਾਂ ਕਹਿੰਦੇ ਨਾ ਹਰ ਇੱਕ ਬੰਦਾ ਜਿਵੇਂ ਇੱਕ ਮੁਸਾਫਰ ਹੈ ਮੰਨ ਲਓ ਬਾਸਤਿਕ ਤੇ ਸਫਰ ਕਰ ਰਿਹਾ ਜਾਂ ਟ੍ਰੇਨ ਤੇ ਸਫਰ ਕਰ ਰਿਹਾ ਆਪਾਂ ਆਮ ਕਰਕੇ ਵੇਖ ਲਈਏ ਕੋਈ ਵੀ ਬੰਦਾ ਆਪਣੇ ਆਪ ਨਾਲ ਨਹੀਂ ਬੈਂਦਾ ਹੁਣ ਤੁਸੀਂ ਹੀ ਕਹੋਗੇ ਭਾਈ ਸਾਹਿਬ ਨੇ ਕੀ ਕਹਿ ਦਿੱਤਾ ਆਪਣੇ ਆਪ ਨਾਲ ਬਹਿਣਾ ਵੀ ਕੁਝ ਹੁੰਦਾ ਹੈ ਆਪਾਂ ਕਿਤੇ ਸਫਰ ਕਰ ਰਹੀ ਹੋਈ ਨਾ ਆਪਾਂ ਅਖਬਾਰ ਨਾਲ ਬੈਠ ਸਕਦੇ ਹਾਂ ਮੈਗਜ਼ੀਨ ਨਾਲ ਬੈਠ ਸਕਦੇ ਹਾਂ ਟਾਈਮ ਪਾਸ ਲਈ ਫਿਰ ਮੋਬਾਈਲ ਕੱਢ ਲਿਆ ਮੋਬਾਈਲ ਨਾਲ ਵੀ ਬੈਠ ਸਕਦੇ ਆਪਾਂ ਜਾ ਕੋਈ ਗੱਲਣਾ ਕਰ ਲੀਏ ਇੱਕ ਦੂਜੇ ਮੁਸਾਫਰ ਦੇ ਨਾਲ ਉਹਦੇ ਨਾਲ ਬੈਠ ਸਕਦੇ ਪਰ ਆਪਣੇ ਆਪ ਨਾਲ ਕੋਈ ਨਹੀਂ ਬੈਠਦਾ ਆਪਣੇ ਆਪ ਨਾਲ ਆਪਣੇ ਨਿੱਜ ਘਰ ਦੇ ਵਿੱਚ ਤੇ ਜਿਸ ਦਿਨ ਬੰਦਾ ਆਪਣੇ ਆਪ ਨਾਲ ਬੈਠਣਾ ਸ਼ੁਰੂ ਹੁੰਦਾ ਹੈ ਨਾ ਉਹਨੂੰ ਫਿਰ ਕਿਸੇ ਸੱਜਣ ਮਿੱਤਰ ਦੀ ਲੋੜ ਹੀ ਨਹੀਂ ਪੈਂਦੀ ਉਹ ਫਿਰ ਆਪਣੇ ਆਪ ਦੇ ਨਾਲ ਨਿੱਜ ਘਰ ਵਿੱਚ ਬੈਠ ਜਾਂਦਾ ਉਹਦੀ ਸੁਰਤੀ ਅੰਦਰ ਟਿਕ ਜਾਂਦੀ ਬਸ ਉਹ ਫਿਰ ਅੰਦਰ ਗੁਰੂ ਨਾਲ ਰੱਬ ਨਾਲ ਹੀ ਗੱਲਾਂ ਸ਼ੁਰੂ ਕਰ ਦਿੰਦਾ ਤੇ ਉਹ ਹੋਣਾ ਕਿਦਾਂ ਸਤ ਸੰਗਤ ਵਿੱਚ ਆ ਕੇ ਨਾਮ ਜਪ ਕੇ ਫਿਰ ਕੀ ਹੋਵੇਗਾ ਕਹਿੰਦੇ ਤੂੰ ਆਪਣੇ ਨਿਜ ਘਰ ਵਿੱਚ ਆ ਜਾਵੇਂਗਾ ਨਿਜ ਘਰ ਦੇ ਵਿੱਚ ਜਿਹੜਾ ਤੇਰਾ ਅਸਲੀ ਘਰ ਹੈ ਅਸਲੀ ਘਰ ਹੈ ਇੱਕ ਤੇ ਆਪਾਂ ਇੱਟਾਂ ਦੀਆਂ ਇਮਾਰਤਾਂ ਦੇ ਘਰ ਬਣਾਏ ਆ ਨਾ ਇੱਕ ਅੰਦਰ ਵੀ ਘਰ ਹੈ ਅੰਦਰ ਵੀ ਘਰ ਹੈ ਉੱਥੇ ਆ ਕੇ ਬੈਠ ਜਾਵੇਂਗਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਆਏ ਬਸ ਹੋ ਘਰ ਦੇਸ਼ ਮੈਂ ਆ ਜਾ ਭਾਈ ਆ ਜਾ ਆ ਜਾ ਆਪਣੇ ਘਰ ਵਿੱਚ ਆ ਜਾ ਆਪਣੇ ਦੇਸ਼ ਵਿੱਚ ਆ ਜਾ ਇਹ ਜਿਹੜਾ ਦੇਸ਼ ਹੈ ਜਿੱਥੇ ਤੂੰ ਫਿਰਦਾ ਵਾ ਇਹ ਬੇਗਾਨਾ ਹੈ ਏ ਮੁਸਾਫਿਰ ਐ ਉਸ ਦੇਸ਼ ਦਾ ਤੂੰ ਇੱਕ ਨ ਇੱਕ ਦਿਨ ਛੱਡ ਕੇ ਜਾਣਾ ਏ ਤੂੰ ਪਰ ਤੇਰਾ ਨਿਜ ਘਰ ਕਿਹੜਾ ਹੈ ਉੱਥੇ ਇੱਕ ਵਾਰੀ ਤੂੰ ਆ ਗਿਆ ਨਾ ਆਪਣੇ ਦੇਸ਼ ਵਿੱਚ ਆ ਗਿਆ ਆਪਣੇ ਵਤਨ ਵਿੱਚ ਵਾਪਸ ਆ ਗਿਆ ਆਪਣੇ ਘਰ ਵਿੱਚ ਆ ਗਿਆ ਫਿਰ ਤੂੰ ਵਾਪਸ ਨਹੀਂ ਜਾਏਂਗਾ ਤੋ ਤੇਰਾ ਦੇਸ਼ ਕਿੱਥੇ ਵਤਨ ਕਿੱਥੇ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰਮਾਤਮਾ ਦੀ ਬੰਦਗੀ ਵਿੱਚ ਇੱਥੇ ਹਿਰਦੇ ਰੂਪੀ ਘਰ ਵਿੱਚ ਇੱਥੇ ਵਾਪਸ ਆ ਇਹ ਬੜਾ ਭਲਾ ਸੰਜੋਗ ਇਹਨੂੰ ਬਣਾਉਣਾ ਕਰ ਇਹਨੂੰ ਬਣਾਉਣਾ ਕਰ ਇਸ ਸੰਜੋਗ ਨੂੰ ਇਸ ਦਿਹਾੜੇ ਨੂੰ ਸਾਂਭਣਾ ਕਰ ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਵਿਯੋਗ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਤੇ ਨਾਨਕ ਤੇ ਪ੍ਰਸੰਨ ਹੋ ਗਿਆ ਹੈ ਪ੍ਰਸੰਨ ਹੋ ਗਿਆ ਨਾਨਕ ਤੇ ਪ੍ਰਮਾਤਮਾ ਪ੍ਰਸੰਨ ਹੋ ਗਿਆ ਗੁਰੂ ਅਰਜਨ ਦੇਵ ਜੀ ਨਾਨਕ ਨਾਮ ਦੀ ਮੋਹਰ ਲਾਉਂਦੇ ਹਨ ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਵਿਯੋਗ ਆਪਣੇ ਸਾਰੇ ਵਿਛੋੜੇ ਮੁੱਕ ਗਏ ਸਾਰੇ ਵਿਛੋੜੇ ਮੁੱਕ ਗਏ ਤੇ ਦੁਨਿਆਵੀ ਲੋਕੋ ਤੁਸੀਂ ਵੀ ਆਪਣੇ ਵਿਛੋੜੇ ਮੁਕਾਓ ਕਹਿੰਦੇ ਆਪਾਂ ਤੇ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਸਥਾਨ ਪ੍ਰਾਪਤ ਕਰ ਲਿਆਏ ਜੋਤੀ ਜੋਤ ਰਲੀ ਸੰਪੂਰਨ ਥੀਆ ਆਰਾਮ ਜੋਤ ਜੋਤ ਵਿੱਚ ਰਲ ਗਈ ਆ ਸੂਰਜ ਕਿਰਨ ਮਿਲੀ ਜਲ ਤੇਜਲ ਹੂਆ ਆਰਾਮ ਜੋਤੀ ਜੋਤ ਮਿਲੀ ਸੰਪੂਰਨ ਥੀਆ ਆਰਾਮ ਜਦੋਂ ਇੰਨੀ ਗੱਲ ਹੋ ਜਾਵੇ ਫਿਰ ਕੀ ਹੁੰਦਾ ਫਿਰ ਬੰਦੇ ਦਾ ਸਾਰਾ ਸਫਰ ਖਤਮ ਹੋ ਜਾਂਦਾ ਫਿਰ ਸਾਰੇ ਜਨਮਾਂ ਜਨਮਾਂ ਦੇ ਦੁੱਖ ਕਲੇਸ਼ ਤਕਲੀਫਾਂ ਖਤਮ ਹੋ ਜਾਂਦੀਆਂ ਨੇ ਇਹ ਹੋਣੀਆਂ ਕਿਦਾਂ ਹਨ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੀ ਬੰਦਗੀ ਕਰਕੇ ਇਹ ਹਰ ਦੇ ਸ਼ਬਦੀ ਵਿਚਾਰ ਹੈ ਬੜੇ ਸੰਖੇਪ ਵਿੱਚ ਆਪ ਜੀ ਦੇ ਸਾਹਮਣੇ ਸ਼ਬਦਾਂ ਦੇ ਵਿਚਾਰ ਅਦਾਸ ਰੱਖ ਰਿਹਾ ਹੈ ਕਿ ਸਮੇਂ ਨੂੰ ਮੁੱਖ ਰੱਖ ਕੇ ਇਸ ਵੇਲੇ ਇੰਨੇ ਕ ਸ਼ਬਦ ਪ੍ਰਵਾਨ ਕਰਨੇ ਸ਼ਬਦ ਦੀ ਵਿਚਾਰ ਕਰਦੇ ਆ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਆ ਸਤਗੁਰੂ ਬਖਸ਼ ਲੈਣ ਅੱਗੇ ਤੋਂ ਸਮਤ ਬਖਸ਼ਣ ਰੱਬ ਵਰਗੀ ਸੰਗਤ ਬਖਸ਼ ਲਵੇ ਦੇਹੋ ਅਸੀਸ ਫਤਿਹ ਦਾ ਜਵਾਬ ਫਤਿਹ ਜੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ